ਔਖੀ ਘੜੀ ਨਾ, ਫਿਰ ਬੋਲੋ ਔਖੀ ਘੜੀ ਨਾ ਆਪਣਾ ਬਿਰਧ। ਹਾਂ ਇਹ ਕਹਿਣਾ ਪਾਤਸ਼ਾਹ ਔਖਾ ਟਾਈਮ ਆਉਂਦਾ ਪਰ ਮੈਂਟਲੀ ਦੇਖਣ ਨਾ ਦੇਈ ਆਖੋ ਸਤਨਾਮ। ਇਹ ਨਹੀਂ ਹੁੰਦਾ ਕਿ ਔਖਾ ਸਮਾਂ ਆਉਂਦਾ ਨਹੀਂ। ਲੈਟਸ ਨਾਟ ਸੇ ਦਿਸ ਟੂ ਆਰ ਕਿਡਸ ਪਿਆਰਿਓ, ਵੀ ਰੀਜ਼ਨਿੰਗ ਵੀ ਗਿਵਿੰਗ ਟੂ ਆਰ ਚਿਲਡਰਨ ਵੈਨ ਰੀਡਿੰਗ ਗੁਰਬਾਣੀ ਇਜ਼ ਰੋਂਗ। ਵੀ ਸੇ ਟੂ ਆਰ ਚਿਲਡਰਨ ਪੁੱਤ ਬਾਣੀ ਪੜ ਦੁੱਖ ਨਹੀਂ ਆਏਗਾ। ਵੀ ਸੇ ਟੂ ਆਰ ਕਿਡਸ ਜਪਜੀ ਸਾਹਿਬ ਦਾ ਪਾਠ ਕਰ ਕਦੇ ਦੁੱਖ, ਬੋਲੋ ਪਿਆਰਿਓ ਨਹੀਂ ਕਹਿੰਦੇ ਆ ਨਾ ਇੱਦਾਂ ਆਪਾਂ। ਹੁਣ ਜੇ ਦੁੱਖ ਆ ਗਿਆ ਬੱਚੇ ਨੇ ਕਹਿਣਾ ਮੋਮ ਵੀ ਰੀਡ ਬਾਣੀ ਐਵਰੀ ਡੇ, ਯੂ ਸੈਡ ਵੀ ਵੋਂਟ ਗੈਟ ਦੁੱਖ ਬਟ ਲਾਈਫਸ ਦੁੱਖ। ਡੈਡ ਯੂ ਸੈਡ ਰੀਡ ਗੁਰਬਾਣੀ ਐਵਰੀ ਡੇ ਬਟ ਦੇਖੋ ਕਿੱਦਾਂ ਦੀ ਬਿਮਾਰੀ ਆ ਗਈ, ਘਰ ਵਿੱਚ ਦੁੱਖ ਆ ਗਿਆ। ਪਰ ਸੋਚ ਕੇ ਵੇਖੋ, ਧਿਆਨ ਇੱਧਰ ਰੱਖਿਓ ਪਿਆਰਿਓ, ਦੁੱਖ ਨਹੀਂ ਆਪਾਂ ਜਦੋਂ ਬਾਣੀ ਪੜਾਂਗੇ ਮੈਂਟਲੀ ਇੰਨੇ ਚੜ੍ਹਦੀ ਕਲਾ ਵਿੱਚ ਹੋ ਜਾਈਏ, ਦੁੱਖ ਵੀ ਸਾਹਮਣੇ ਖੜਾ ਹੋਵੇ, ਆਪਾਂ ਦੁੱਖ ਨੂੰ ਇਹ ਨਾ ਕਹੀਏ, ਗੁਰੂ ਨੂੰ ਇਹ ਨਾ ਕਹੀਏ ਕਿ ਮੇਰਾ ਦੁੱਖ ਬਹੁਤ ਵੱਡਾ, ਸਮਾਂ ਕਿ ਦੁੱਖ ਨੂੰ ਕਹੀਏ ਮੇਰਾ ਗੁਰੂ ਬਹੁਤ ਵੱਡਾ ਜਿਹਨੇ ਮੈਨੂੰ ਐਸੀ ਅੰਡਰਸਟੈਂਡਿੰਗ ਦੇਤੀ, ਸਮਝ ਦੇਤੀ, ਵਾਈਲ ਰੀਡਿੰਗ ਗੁਰਬਾਣੀ ਆਈ ਬਿਕਮ ਸੋ ਪੋਜ਼ੀਟਿਵ ਦੈਟ ਆਈ ਕੈਨ ਟੇਕ ਔਨ ਦ ਵਰਲਡ। ਆਖੋ ਸਤਨਾਮ, ਇੱਦਾਂ ਕਹੀਏ।